बिस्मिल्लाहिर्रहमानिर्रहीम अस्सलाम वालेकुम मेरे वालों मेरे सारे भैनों ते भरावां नूं अल्लाह पाक हमेशा तुहानूं खुश रखे आबाद रखे जिहड़े दुख तकलीफ अल्लाह पाक तुहाडे दूर करे तुहाडी जिंदगी च खुशियां ही खुशियां भर दे आमीन सुम्मा आमीन। वीडियो शुरू करने तो पहले एक रिक्वेस्ट कि अगर तुसी साडे आवाज़ वीर चैनल नूं सबसक्राइब नहीं कीता तां सबसक्राइब कर लो जिहड़ा बैल दा बटन आ उहनूं प्रेस कर लो ताकि साडी आने वाली हर वीडियो बर वक्त तुहानूं मिल सके। दोपहर दा खाना बनाउण लगी आ भाई आवास भी आए हुए और भाई बिलावर और भाभी उन्होंने तबीयत नहीं ठीक है। बच्चों ने पूछा भी दोपहर के खाने की खाऊंगे उन्होंने कहा भी आंटी सानू चावल दे वो बना के वो भी बोटियां पा के चिकन हुन मैं मंगवाया वा ते मैं आलू पा के चिकन पा के पुलाव बनानी हूं ते सारिया चीजा तैयार है। सब तो पहला चूल्हा बाल लें कढ़ाई लै ली कढ़ाई च ऑयल पा लिया वा ऑयल अस चंगी तरह गर्म कर लें ऑयल गर्म हो गया है हुण असीं कुछ साबत मसाले पा लैने आ साबत मसाले पा के थोड़ी देर भुन लैने आ भाई आवाज चले गए उन्हां दा मोटरसाइकिल खराब हो गया वा मैं कहा तुसीं अपना देख लो ठीक कर लो ते मैं वीडियो बना लैने आ। साबत मसाले पा के थोड़ी देर भुन लिया वा ते हुण असीं प्याज पा लैने आ मिक्स कर दें तो प्याज में गोल्डन ब्राउन कर दें प्याज साढ़े गोल्डन ब्राउन हो गए हम अस चिकन पा लें अपने सारे गोश्त कम कर रहे हैं बच्चे कोई चीज हां जी बच्चे यही कहने की रोटियां लजाव खाने ध्यान कहना मेरे तो वास्ते आ जाके चाय बनानी होंगी मैं बेटा मैं कहते वास्ते कोल दूसरे भैन भाई जेडे होंगे वो तो आन गए अपना कर बिलकुल कोई शक नहीं सलाह जी जो करीबी भैन भाई होंगे चिकन अभी अच्छी तरह फ्राई कर लिया वा चिकन का कलर चेंज हो गया वा हम अभी पा लें टमाटर हरिया मिर्चा पा लें आलू जिन्हें अभी का टमाटर गलेंगे ना आलू आलू भी नरम हो जाएंगे आलू हम छिल के कट के पानी भी रखा सी ताकि इन्हों का कलर खराब ना हो चौधरी साहब उन्होंने भतीजे भी चौधरी साहब मत गए आलू पसंद करते हैं मिक्स करते हैं तो जिन्हें देर तक सारे टमाटर गलते नहीं है तो आलू नरम नहीं होंगे उन्हें देर तक ਬਾਜੀ ਨੇ ਪੱਖਿਆਂ ਦੇ ਕੰਪਰੈਸਰ ਲੈ ਕੇ ਆਸੀ ਚੇਂਜ ਕੀਤੇ ਕਿ ਨਹੀਂ ਕੀਤੇ ਜਲਦੀ ਸਭ ਨੂੰ ਕਰਨੇ ਨਹੀਂ ਆਉਂਦੇ ਝਾੜੇ ਵਾਸਤੇ ਰੱਖੇ ਹੋਏ ਜਦੋਂ ਤੁਸੀਂ ਐਵੇਂ ਕਰਾਂਗੇ ਆਈ ਘੰਟ ਵੀ ਅੱਧੀ ਠੀਕ ਹੈ ਜੀ ਇਦਾਂ ਫੇਰ ਆਏ ਨਾ ਫੇਰ ਕਰਵਾਉਂ ਉਹ ਜੋਂਗੇ ਪਏ ਅੱਛਾ ਪਾਈ ਕੋਈ ਨਹੀਂ ਤਾਂ ਇਹਨੇ ਦਸਾਂ ਵਜੇ ਲੈ ਕੇ ਆਇਆ ਨੋ ਇਹਨਾਂ ਨਹੀਂ ਪਾਣੀ ਆਉਂਦੇ ਸੋਲੂਸ਼ਨ ਟੈਪ ਕਰ ਪਈ ਸੋਲੂਸ਼ਨ ਟੈਪ ਵੀ ਪਈ ਆ ਐਲਪੀਜੀ ਵੀ ਪਈ ਆ ਤੇ ਉਹ ਜਿਹੜੇ ਤੁਸੀਂ ਲੈ ਕੇ ਆਏ ਕੰਪਰੈਸਰ ਹਾਂਜੀ ਉਹ ਵੀ ਪਏ ਪਰ ਜਿਸ ਤਰ੍ਹਾਂ ਤਾਂ ਪੱਖੇ ਦੀ ਜ਼ਰੂਰਤ ਨਹੀਂ ਹੈ ਤੇ ਨਾਲ ਹੁਣ ਕਿ ਜਲਦੀ ਆ अच्छा
ਅੱਛਾ ਚਲੋ ਕੋਈ ਨੀ ਨਵੇਂ ਪਾ ਦਾਂਗੇ ਕੰਪਰੈਸ ਤੇ ਸਪੀਡ ਵੱਧ ਜਾਣੀ ਇਹਨਾਂ ਦੀ ਹਾਂਜੀ ਹੁਣ ਜੇ ਆਪਣਾ ਤੁਸੀਂ ਨਾ ਖਾਣਾ ਖਾਓ ਤੇ ਫਿਰ ਘਰ ਜਾਣਾ ਵਾ ਤੁਸੀਂ ਤੇ ਨਹੀਂ ਟਾਈਮ ਤਾਂ ਕੋਈ ਨੀ ਲੱਗਣਾ ਅਗਰ ਕੰਪਰੈਸ ਵਗੈਰਾ ਪਿਆ ਉਸ ਤਰ੍ਹਾਂ ਪਿਆ ਨਾ ਰਸਤੇ ਵਗੈਰਾ ਤਾਂ ਪਾ ਦਿੰਦੇ ਹਾਂ ਚਲੋ ਹੁਣ ਸਰਦੀਆਂ ਆ ਗਈਆਂ ਵੈਸੇ ਵੀ ਕੋਈ ਨੀ ਹੈਗਾ ਚਲੋ ਮੈਂ ਪਾ ਜਾਊਂਗਾ ਜਦੋਂ ਫਿਰ ਹੈ ਨਾ ਚਲੋ ਕੋਈ ਨੀ ਫਿਰ ਪਾ ਲਾਂਗੇ ਟਮਾਟਰ ਸਾਡੇ ਚੰਗੀ ਤਰ੍ਹਾਂ ਗਲ ਗਏ ਆ ਆਲੂ ਵੀ ਨਰਮ ਹੋ ਗਏ ਆ ਤੇ ਹੁਣ ਅਸੀਂ ਪਾ ਲੈਂਦੇ ਹਾਂ ਮਸਾਲੇ ਨਮਕ ਲਾਲ ਮਿਰਚ ਦਾ ਪਾਊਡਰ ਕੁੱਟੀ ਲਾਲ ਮਿਰਚ ਤੇ ਥੋੜੀ ਜਿਹੀ ਕਾਲੀ ਮਿਰਚ ਮਿਕਸ ਕਰਦੇ ਹਾਂ ਤੇ ਪੰਜ ਮਿੰਟ ਵਾਸਤੇ ਭੁੰਨ ਲਈਏ ਪਾਊਡਰ ਮਸਾਲਿਆਂ ਦਾ ਕੱਚਾਪਨ ਖਤਮ ਹੋ ਜਾਵੇ ਦਸ ਮਿੰਟ ਵਾਸਤੇ ਅਸੀਂ ਭੁੰਨਿਆ ਵਾ ਤੇ ਹੁਣ ਅਸੀਂ ਪਾਉਂਦੇ ਹਾਂ ਪਾਣੀ ਇੱਕ ਕੱਪ ਚਾਵਲਾਂ ਦਾ ਆ ਤੇ ਦੋ ਕੱਪ ਅਸੀਂ ਭਰ ਕੇ ਪਾਣੀ ਪਾਵਾਂਗੇ ਮਿਕਸ ਕਰਦੇ ਹਾਂ ਤੇ ਪਾਣੀ ਨੂੰ ਦੋ ਤੋਂ ਤਿੰਨ ਉਬਾਲ ਆਣ ਦਿੰਦੇ ਹਾਂ ਫਿਰ ਅਸੀਂ ਚਾਵਲ ਪਾਵਾਂਗੇ ਪਾਣੀ ਨੂੰ ਦੋ ਤੋਂ ਤਿੰਨ ਉਬਾਲ ਆ ਗਏ ਆ ਜਿਹੜੇ ਹੁਣ ਚਾਵਲ ਭੇਕ ਰੱਖੇ ਸੀ ਉਹ ਵਿੱਚ ਪਾ ਲੈਂਦੇ ਹਾਂ ਮਿਕਸ ਕਰਦੇ ਹਾਂ ਤੇ ਉਨੀ ਦੇਰ ਤੀਕਰ ਪਕਾ ਲੈਂਦੇ ਹਾਂ ਜਦੋਂ ਤੀਕਰ ਸਾਰਾ ਪਾਣੀ ਖੁਸ਼ਕ ਨਹੀਂ ਹੁੰਦਾ ਪਾਣੀ ਸਾਡਾ ਸਾਰਾ ਖੁਸ਼ਕ ਹੋ ਗਿਆ ਵਾ ਹੁਣ ਅਸੀਂ ਆਲੂ ਚਿਕਨ ਪਲਾਉ ਨੂੰ ਹਲਕੀ ਅੱਗ ਤੇ 10 ਮਿੰਟ ਵਾਸਤੇ ਦਮ ਤੇ ਪਕਾਉਂਦੇ ਹਾਂ ਅੱਗ ਬਿਲਕੁਲ ਸਲੋ ਕਰ ਦਿੱਤੀ ਪਲਾਉ ਨੂੰ ਅਸੀਂ ਹਲਕੀ ਅੱਗ ਤੇ 10 ਮਿੰਟ ਵਾਸਤੇ ਪਕਾਇਆ ਵਾ ਚਾਵਲ ਸਾਡੇ ਹੋ ਗਏ ਤਿਆਰ ਮਾਸ਼ਾਅੱਲਾ ਖਿਲੇ ਖਿਲੇ ਬੱਚਿਆਂ ਨੂੰ ਵੀ ਦੇਖ ਕੇ ਆਉਂਦੇ ਹਾਂ ਹੁਣ ਤੇ ਭਾਈ ਹੁਣਾਂ ਨੂੰ ਵੀ ਦਿੰਦੇ ਹਾਂ ਮਾਸ਼ਾਅੱਲਾ ਮਾਸ਼ਾਅੱਲਾ ਚਾਵਲ ਨੂੰ ਅੱਛੀ ਤਰ੍ਹਾਂ ਮਿਕਸ ਕਰ ਲਿਆ ਵਾ ਚੁੱਲ੍ਹੇ ਤੋਂ ਨੀਚੇ ਉਤਾਰ ਲਿਆ ਵਾ ਅਤੇ ਹੁਣ ਮੈਂ ਬੋਲ ਲੈ ਕੇ ਆਈ ਹਾਂ ਬਾਜੀ ਹੁਣਾਂ ਵਾਸਤੇ ਪਹਿਲੇ ਪਾ ਕੇ ਬੱਚਿਆਂ ਨੂੰ ਦੇਖ ਕੇ ਆਉਂਦੀ ਹਾਂ ਅਤੇ ਫਿਰ ਆ ਕੇ ਭਾਈ ਆਵਾਜ਼ ਅਤੇ ਚੌਧਰੀ ਸਾਹਿਬ ਹੁਣਾਂ ਨੂੰ ਦਿੰਦੀ ਹਾਂ ਤਾਂ ਕਿ ਬੱਚਿਆਂ ਨੂੰ ਭੁੱਖ ਨਾ ਲੱਗੀ ਹੋਵੇ ਚਾਵਲ ਬੋਲ 'ਚ ਪਾ ਲਏ ਆ ਅਤੇ ਹੁਣ ਮੈਂ ਭਾਈ ਹੁਣਾਂ ਨੂੰ ਦੇਖ ਕੇ ਆਉਂਦੀ ਹਾਂ ਅੱਛਾ ਮੈਂ ਅੱਗ ਅੱਗੇ ਬੈਠੀ ਸੀ ਨਾ ਯਾਦ ਨਹੀਂ ਰਿਹਾ ਜ਼ਿਹਨ ਰਲਿਆ ਸੀ ਮੇਰਾ ਬਈ ਆਵਾਜ਼ ਚਾਵਲ ਖਾਓ ਮੈਂ ਜਾਇਦਾ ਕੱਪ ਬਣਾਉਂਦੀ ਹਾਂ ਪੀ ਕੇ ਨਾ ਫਿਰ ਤੁਸੀਂ ਮੇਰਾ ਵੀਰ ਚਲੋ ਕਿਉਂਕਿ ਤੁਹਾਡੇ ਮੋਟਰਸਾਈਕਲ ਦੀ ਲਾਈਟ ਖਰਾਬ ਆ ਇਹ ਨਾ ਹੋਵੇ ਫਿਰ ਹਨੇਰਾ ਹੋ ਜੇ ਤੇ ਨਹੀਂ ਨਹੀਂ ਅੰਮੀ ਜੀ ਉਹਨਾਂ ਦਾ ਫੋਨ ਆਇਆ ਵਾ ਕਹਿੰਦੀ ਵੀ ਆਵਾਜ਼ ਤੁਰਿਆ ਨਹੀਂ ਮੈਂ ਕਿਹਾ ਅੰਮੀ ਬਸ ਖਾਣਾ ਬਣ ਰਿਹਾ ਵਾ ਅਤੇ ਫਿਰ ਮੈਂ ਭੇਜਦੀ ਹਾਂ ਭਾਈ ਨੂੰ ਖਿਲਾ ਕੇ ਚਾਵਲ ਸਹੀ ਬਣੇ ਆ ਅੱਲਾ ਪੋਤਾ ਦੇਵੇ ਅੱਲਾ ਤੰਦਰੁਸਤੀ ਦੇਵੇ ਅੱਲਾ ਉੱਪਰੋਂ ਬੰਦਾ ਥੋੜੀ ਜਿਹੀ ਚਾਹ ਪੀ ਲਵੇ ਨਾ ਫਿਰ ਬੰਦਾ ਠੀਕ ਰਹਿੰਦਾ ਬਸ ਅੱਲਾ ਵੀਰੇ ਤੈਨੂੰ ਬਹੁਤਾ ਦੇਵੇ ਤੰਦਰੁਸਤੀ ਦੇਵੇ ਅੱਲਾ ਤੈਨੂੰ ਚੰਗੀ ਬੁੱਢੀ ਦੇਵੇ ਨੇਕ ਤੇ ਲੈਖ ਤੇ ਦੇਸੀ ਮੁਰਗਿਆਂ ਦੇ ਆਂਡੇ ਲੱਭੀ ਮੇਰਾ ਵੀਰ ਸਹੀ ਠੀਕ
ਚਾਵਲ ਤੇ ਚੌਧਰੀ ਸਾਹਿਬ ਤੇ ਵੀਰ ਖਾਂਦੇ ਹੀ ਰਹਿਣਗੇ। ਐਸੀ ਸਾਡੀ ਅੱਜ ਦੀ ਵੀਡੀਓ, ਅਗਰ ਪਸੰਦ ਆਵੇ ਇਹਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਸਾਨੂੰ ਦਿਓ ਇਜਾਜ਼ਤ। ਰੱਬ ਸੁਣਨ ਦੇ ਹਵਾਲੇ, ਰੱਬ ਰਾਖਾ, ਅੱਲਾ ਹਾਫਿਜ਼।